ਪਾਖੜਾ ਡੈਮ 'ਚੋਂ ਪਾਣੀ ਛੱਡਣ ਤੋਂ ਬਾਅਦ ਜਲੰਧਰ 'ਚ ਹੜ੍ਹ ਦੇ ਡਰ ਕਾਰਨ ਅਲਰਟ ਜਾਰੀ ਕਰਦੇ ਹੋਏ ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ 85 ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਨੇ। ਵਰਿੰਦਰ ਕੁਮਾਰ ਸ਼ਰਮਾ ਨੇ ਨਕੋਦਰ, ਸ਼ਾਹਕੋਟ ਅਤੇ ਫਲੌਰ ਦੇ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਨੇ। ਇਹਨਾਂ ਤਿੰਨੇ ਇਲਾਕਿਆਂ ਦੇ SDM ਨੂੰ ਚੌਕਸ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ। ਸ਼ਾਹਕੋਟ 'ਚ 63, ਫਲੌਰ 'ਚ 13 ਅਤੇ ਨਕੋਦਰ ਦੇ 9 ਪਿੰਡਾਂ ਨੂੰ ਹੜ੍ਹ ਵਰਗੀ ਸਥਿਤੀ ਦੇ ਮੱਦੇਨਜ਼ਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਨੇ। ਜਿਹੜੇ ਸਤਲੁਜ ਦੇ ਨੇੜੇ ਲੱਗਦੇ ਇਲਾਕੇ ਹੈਗੇ ਨੇ ਜਲੰਧਰ ਜ਼ਿਲ੍ਹੇ ਦੇ, ਉੱਥੋਂ ਦੇ ਵਸਨੀਕਾਂ ਨੂੰ ਅਸੀਂ ਸਵੇਰੇ ਵੀ ਮੁਸ਼ਤਰੀ ਬੁਨਿਆਦੀ ਸ਼ੁਰੂ ਕਰਾ ਦਿੱਤੀ ਹੈ, ਕਿਉਂਕਿ ਪਿੱਛੋਂ ਪਾਣੀ ਦੀ ਮਿਕਦਾਰ ਕਾਫੀ ਜ਼ਿਆਦਾ ਜਿਹੜੀ ਹੈ ਆ ਗਈ ਹੈ। ਇਸ ਕਰਕੇ ਜਿਹੜੇ 81 ਵਿਲੇਜਿਸ ਨੇ, 81 ਪਿੰਡ ਨੇ ਸਤਲੁਜ ਦੇ ਨਾਲ, ਉਹਨਾਂ ਨੂੰ ਖਾਲੀ ਕਰਾਉਣ ਦੇ ਆਦੇਸ਼ ਦਿੱਤੇ ਗਏ ਨੇ। ਇਹਨਾਂ ਪਿੰਡਾਂ ਦੇ ਵਿੱਚੋਂ 63 ਪਿੰਡ ਜਿਹੜੇ ਹੈਗੇ ਆ ਸ਼ਾਹਕੋਟ ਏਰੀਏ ਦੇ ਨੇ, 13 ਪਿੰਡ ਹੈ ਫਿਲੌਰ ਏਰੀਏ ਦੇ ਨੇ, ਔਰ 5 ਪਿੰਡ ਜਿਹੜੇ ਹੈਗੇ ਆ ਨਕੋਦਰ ਏਰੀਏ ਦੇ ਨੇ। ਹੁਣੇ SDM ਸਾਹਿਬ ਨੇ ਮੈਨੂੰ ਦੱਸਿਆ ਕਿ 4 ਪਿੰਡ ਹੋਰ ਵਲਨਰੇਬਲ ਨੇ। ਨਕੋਦਰ ਦੇ ਅਸੀਂ ਸੰਖਿਆ 5 ਦੀ ਬਜਾਏ ਵਧਾ ਕੇ 9 ਕਰਤੀ, ਤੋਂ 81 ਦੀ ਬਜਾਏ ਤੁਸੀਂ ਇਹ ਸੋਚ ਸਕਦੇ ਹੋ ਵੀ ਅਸੀਂ 85 ਪਿੰਡਾਂ ਨੂੰ ਹੁਣ ਖਾਲੀ ਕਰਨ ਦਾ ਆਦੇਸ਼ ਦਿੱਤਾ। ਇਹ ਸਥਿਤੀ ਕਿਉਂ ਪੈਦਾ ਹੋਈ? ਪਹਿਲਾਂ ਪੰਜਾਬ ਸਰਕਾਰ ਔਰ BBMB ਵੱਲੋਂ ਪੂਰਾ ਜਿਹੜਾ ਪਾਣੀ ਦਾ ਕੰਟਰੋਲ ਹੈ ਉਹ ਭਾਖੜਾ ਡੈਮ ਰਾਹੀਂ ਕੀਤਾ ਜਾ ਰਿਹਾ ਸੀ। 40,000 ਜਾਂ 50,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਕਿਉਂਕਿ 1,00,000 ਤੱਕ ਜਿਹੜਾ ਪਾਣੀ ਆਉਣ ਨਾਲ ਸਤਲੁਜ ਦੇ ਜਿਹੜੇ ਨੇੜੇ ਤੇੜੇ ਦੇ ਖੇਤਰ ਨੇ ਉਹਨਾਂ 'ਚ ਕੋਈ ਹੜ੍ਹ ਨਹੀਂ ਆਉਂਦਾ। ਪਰੰਤੂ ਕੱਲ੍ਹ ਦੀ ਰਾਤ ਕਾਫੀ ਭਾਰੀ ਵਰਖਾ ਹੋਈ ਹੈ ਹਿਮਾਚਲ ਦੇ ਕੁਛ ਏਰੀਆਜ਼ ਦੇ ਵਿੱਚ। ਉੱਥੇ 2 ਜਿਹੜੇ ਬਰਸਾਤੀ ਨਦੀਆਂ ਹੈਗੀਆਂ ਨੇ, ਸਿਸਵਾਂ ਔਰ ਸਵਾਂ, ਇਹਨਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਗਿਆ। ਇਹ ਜਿਹੜਾ ਪਾਣੀ ਹੈਗਾ ਇਹ ਭਾਖੜਾ ਡੈਮ 'ਚ ਨਹੀਂ ਜਾਂਦਾ, ਬਲਕਿ ਸਿੱਧਾ ਸਤਲੁਜ ਦਰਿਆ 'ਚ ਆਉਂਦਾ, ਜਿਹਦੇ ਨਤੀਜੇ ਵਜੋਂ ਇਹ ਹੋਇਆ ਕਿ ਅੱਜ 9 ਵਜੇ ਤੱਕ ਜਿਹੜੀ ਪਾਣੀ ਦੀ ਮਿਕਦਾਰ ਸੀ ਸਤਲੁਜ ਦਰਿਆ ਦੇ ਵਿੱਚ ਉਹ 1,90,000 ਸੀ, ਔਰ 11 ਵਜੇ ਦੀ ਜਿਹੜੀ ਹੁਣ ਰੀਡਿੰਗ ਹੈਗੀ ਹੈ ਰੋਪੜ ਤੋਂ ਜਿਹੜਾ ਹੈਗਾ 2,40,000 ਕਿਊਸਿਕ ਜਿਹੜਾ ਪਾਣੀ ਚੱਲ ਚੁੱਕਿਆ। ਇਹ ਪਾਣੀ ਜਿਹੜਾ ਹੈਗਾ ਜਿਹੜਾ ਫਲੌਰ ਏਰੀਏ ਦੇ ਵਿੱਚ 5 ਵਜੇ ਦੇ ਕਰੀਬ, ਨਕੋਦਰ ਏਰੀਏ ਦੇ ਵਿੱਚ ਸ਼ਾਮ ਨੂੰ 6 ਵਜੇ ਦੇ ਕਰੀਬ, ਔਰ ਸ਼ਾਹਕੋਟ ਏਰੀਏ ਦੇ ਵਿੱਚ ਸ਼ਾਮ ਨੂੰ ਕਰੀਬ 7 ਵਜੇ ਦੇ ਕਰੀਬ ਆਉਣ ਦੀ ਸੰਭਾਵਨਾ। ਪਰ ਇਹ ਗੱਲ ਮੈਂ ਵਾਜ਼ੇ ਕਰ ਦੇਣਾ ਚਾਹੁੰਦਾ ਹਾਂ ਕਿ 1,00,000 ਕਿਊਸਿਕ ਤੱਕ ਦੀ ਸਮਰੱਥਾ ਹੈ ਧੁੱਸੀ ਬੰਨ ਤੱਕ ਦੀ, ਕਿਉਂਕਿ ਇਹ ਜਿਹੜਾ ਪਾਣੀ ਹੈ, ਕਿਉਂਕਿ 2,40,000 ਦੇ ਕਰੀਬ ਆ ਚੁੱਕਿਆ, ਤੋ ਇਸ ਕਰਕੇ ਇਹ ਜਿਹੜਾ ਪਾਣੀ ਹੈ ਇਹ ਧੁੱਸੀ ਬੰਨ ਨੂੰ ਕ੍ਰੋਸ ਕਰਕੇ ਇਹ ਜਿਹੜੇ 81 ਪਿੰਡ ਜਾਂ 85 ਪਿੰਡ ਮੈਂ ਤੁਹਾਨੂੰ ਦੱਸਿਆ, 4 ਪਿੰਡ ਹੁਣੇ SDM ਨਕੋਦਰ ਸਾਹਿਬ ਨੇ ਹੋਰ ਆਈਡੈਂਟੀਫਾਈ ਕੀਤੇ ਆ, 85 ਪਿੰਡਾਂ ਦੇ ਵਿੱਚ ਇਹ ਪਾਣੀ ਨੇ ਐਂਟਰ ਕਰਨਾ। ਮੇਰੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਜਿਹੜੀ ਇਹ ਵਾਰਨਿੰਗ ਦਿੱਤੀ ਜਾ ਰਹੀ ਹੈ ਇਸ 'ਤੇ ਅਮਲ ਕਰਦੇ ਹੋਏ, ਕਿਉਂਕਿ ਆਪਣੇ ਕੋਲ ਅਜੇ 11 ਵਜੇ ਹੈ, 7 ਘੰਟੇ ਆਪਣੇ ਕੋਲ ਹੈਗੇ ਹੈ, ਫਲੌਰ ਵਾਲਿਆਂ ਕੋਲ 6 ਘੰਟੇ ਹੈ। ਇਸ ਸਮੇਂ ਦੇ ਦੌਰਾਨ ਆਪਣੇ ਬਾਲ ਬੱਚੇ, ਬਜ਼ੁਰਗ ਔਰ ਸਾਰਾ ਜਿੰਨੇ ਵੀ ਲੋਕ ਨੇ ਉਹਨਾਂ ਦਾ ਡੰਗਰ ਬੱਚਾ ਜਿੰਨਾ ਕੀਮਤੀ ਸਮਾਨ ਉਹ ਲੈ ਕੇ ਸਾਡੇ ਕੈਂਪਸ ਦੇ ਵਿੱਚ ਆ ਜਾਣ।